ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਇਸ ਚੈਨਲ ਦੀ ਵੀਡੀਓ ਦੇ ਵਿੱਚ ਹੁਣ ਇਸ ਚੈਨਲ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਜਾਣ ਵਾਲੇ ਪੱਤਰਾਂ ਬਾਰੇ ਵੀ ਤੁਹਾਨੂੰ ਦੱਸਿਆ ਜਾਵੇਗਾ ਅੱਜ ਦੇ ਇਸ ਪੱਤਰ ਜੋ ਕਿ ਵਿੱਤ ਵਿਭਾਗ ਵੱਲੋਂ 29 ਤਿੰਨ 2023 ਨੂੰ ਜਾਰੀ ਕੀਤਾ ਗਿਆ ਇਸ ਬਾਰੇ ਚਰਚਾ ਕਰਦੇ ਹਾਂ ਇਹ ਜਿਹੜਾ ਪੱਤਰ ਹੈ 23 ਸਾਲ 2022-23 ਦੇ ਵਿੱਚ ਜੋ ਖਜ਼ਾਨੇ ਵਿੱਚ ਬਿੱਲ ਜਮ੍ਹਾਂ ਕਰਾਏ ਜਾਂਦੇ ਨੇ ਵੱਖ-ਵੱਖ ਪਾਕਾਂ ਵੱਲੋਂ ਉਸ ਸੰਬੰਧੀ ਹੈ ਜਿਵੇਂ ਕਿ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਬਿੱਲ ਜਮ੍ਹਾਂ ਕਰਾਉਣ ਦੀ ਪਹਿਲਾਂ ਮਿਤੀ ਸੀ ਉਹ 29 ਤਿੰਨ 2023 12 ਵਜੇ ਤੱਕ ਸੀ ਜਿਸ ਦੇ ਵਿੱਚ ਵਾਅਦਾ ਕਰਕੇ ਇਸ ਨੂੰ 29 ਤਿੰਨ 23 ਨੂੰ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਸੀ ਹੁਣ ਇਸ ਦਾ ਹੋਰ ਵਾਅਦਾ ਕਰਕੇ 31/3/2023 ਨੂੰ ਸ਼ਾਮ 3 ਵਜੇ ਤੱਕ ਕਰ ਦਿੱਤਾ ਗਿਆ ਕਿ ਜਿਹੜੇ ਸਬੰਧਤ ਡੀਡੀਓ ਨੇ ਉਹ ਖਜ਼ਾਨੇ ਵਿੱਚ 31/3/23 ਦੁਪਹਿਰ 3 ਵਜੇ ਤੱਕ ਆਪਣੇ ਜਿਹੜੇ ਬਿੱਲ ਨੇ ਉਹ ਜਮ੍ਹਾਂ ਕਰਵਾ ਸਕਦੇ ਨੇ ਇਸ ਦੇ ਨਾਲ ਇਸ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ 30/3/23 ਨੂੰ ਜਿਹੜੇ ਖਜ਼ਾਨੇ ਨੇ ਉਹਨਾਂ ਨੂੰ ਵੀ ਛੁੱਟੀ ਹੋਵੇਗੀ 31/3/23 ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਬਿੱਲ ਖਜ਼ਾਨੇ ਵਿੱਚ ਨਹੀਂ ਲਿਆ ਜਾਏਗਾ ਸੋ اے ਸੀ ਅੱਜ ਦਾ ਪੱਤਰ ਜਿਸ ਦੇ ਵਿੱਚ ਸਮੂਹ ਰਿਡਿਓਸ ਨੂੰ ਕਿਹਾ ਗਿਆ ਹੈ ਕਿ ਉਹ 31 ਤਿੰਨ 23 ਤੱਕ ਆਪਣੇ ਬਿੱਲ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਕਿਉਂਕਿ ਵਿੱਤੀ ਸਾਲ ਖਤਮ ਹੋ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੋਸਟਲੀ ਚੀਜ਼ਾਂ ਦਾ ਜਿਹੜਾ ਬਜਟ ਹੈ ਉਹ ਲੈਪਸ ਹੋ ਜਾਏਗਾ ਤੇ ਉਹ ਆਪਣੇ ਬਿੱਲ 31 ਤਿੰਨ 23 ਦੁਪਹਿਰ 3 ਵਜੇ ਤੱਕ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਜਿਹੜੇ 3 ਵਜੇ ਤੱਕ ਜਮ੍ਹਾਂ ਹੋ ਜਾਣਗੇ ਖਜ਼ਾਨੇ ਬਿੱਲ ਉਨ੍ਹਾਂ ਦੀ ਪੇਮੈਂਟ ਹੋ ਜਾਏਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਦੇ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਚਾਹੀਏ ਤੁਸੀਂ ਇਸ ਵੀਡੀਓ ਨੂੰ ਹੰਗਾਮਾ ਦੋਗੇ ਲਾਈਕ ਕਰੋਗੇ ਤਾਂ ਅੱਗੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ